ਗੁਰੂ ਗ੍ਰੰਥ ਸਾਹਿਬ ਤੁਹਾਨੂੰ ਬਾਜਾਂ ਮਾਰਦਾ ਦੱਸੋ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਆਵਾਜ਼ ਮਾਰੀ ਨਾ ਤੁਹਾਨੂੰ ਆਵਾਜ਼ ਮਾਰੀ ਹੈ ਨਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਗਾਓ ਸੱਚੀ ਬਾਣੀ ਤੁਸੀਂ ਗਾਈ ਵੇਖ ਲਓ ਮਾਂ ਨੇ ਗਾਈ ਹੈ ਪਿਓ ਨੇ ਗਾਈ ਹੈ ਪੁੱਤਰ ਨੇ ਗਾਈ ਹੈ ਧੀ ਨੇ ਗਾਈ ਹੈ ਕਿਹਨੇ ਗਾਈ ਹੈ ਹੈਗਾ ਤੁਹਾਡੇ ਘਰ ਵਾਜਾ ਤੁਹਾਡੇ ਘਰ ਤਪਲਾ ਹੈਗਾ ਸ਼ਰਾਬ ਦੀਆਂ ਬੋਤਲਾਂ ਤੇ ਹੋ ਸਕਦੀਆਂ ਨੇ ਸਿੱਖਾਂ ਦੇ ਘਰ ਚ ਕੁੱਕੜ ਮੁਰਗੇ ਤਾਂ ਹੋ ਸਕਦੇ ਨੇ ਸਿੱਖਾਂ ਦੇ ਘਰ ਪਰ ਕੋਈ ਬਿਰਲਾ ਹੀ ਘਰ ਹੈ ਜਿੱਥੇ ਪੋਥੀਆਂ ਹੋਣਗੀਆਂ ਵਾਜਾ ਹੋਏਗਾ ਤਪਲਾ ਹੋਏਗਾ ਉਹਨੇ ਕਿਹਾ ਸੀ ਘਰ ਘਰ ਅੰਦਰ ਧਰਮਸ਼ਾਲ ਕੋਈ ਕੀਰਤਨ ਸਦਾ ਸੋਵਾ ਜਿੱਥੇ ਵੀ ਮੇਰਾ ਸਿੱਖ ਹੋਏਗਾ ਉਹਦਾ ਘਰ ਧਰਮਸ਼ਾਲ ਹੋਏਗਾ ਉਹਦਾ ਘਰ ਗੁਰਦੁਆਰਾ ਹੋਏਗਾ ਜਿੱਥੇ ਮੇਰਾ ਸਿੱਖ ਹੋਏਗਾ ਉਹਦਾ ਸਰੀਰ ਗੁਰਦੁਆਰਾ ਹੋਏਗਾ ਸਰੀਰ ਵਿੱਚ ਗੁਰੂ ਨਾਨਕ ਵਸੇਗਾ ਇਹ ਸਰੀਰ ਗੁਰਦੁਆਰਾ ਬਣ ਜਾਏਗਾ ਹਰੀ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਹੋਰ ਕਿਹੜਾ ਗੁਰਦੁਆਰਾ ਲੱਗਦੇ ਜਦੋਂ ਦਰਸ਼ਨ ਹੋਣੇ ਨੇ ਇਸ ਗੁਰਦੁਆਰੇ ਵਿੱਚ ਹੋਣੇ ਨੇ ਪਰਮਾਤਮਾ ਦੇ ਇੱਥੋਂ ਨਹੀਂ ਹੋਣੇ ਬੋਲੋ ਜਿਹਨੇ ਚਿਰ ਤੁਹਾਨੂੰ ਇਹ ਸਮਝ ਨਾ ਲੱਗੀ ਵੀ ਇਹ ਮੇਰਾ ਸਰੀਰ ਗੁਰਦੁਆਰਾ ਹੈ ਕੋਈ ਸਿੱਖੀ ਨਹੀਂ ਮਿਲਦੀ ਜੋ ਕੰਮ ਤੁਸੀਂ ਇਸ ਗੁਰਦੁਆਰੇ 'ਚ ਬੈਠ ਕੇ ਨਹੀਂ ਕਰ ਸਕਦੇ ਉਹ ਤੁਸੀਂ ਇਸ ਗੁਰਦੁਆਰੇ ਵਿੱਚ ਵੀ ਨਹੀਂ ਕਰ ਸਕਦੇ ਕਿਉਂਕਿ ਹਰਿਮੰਦਰ ਇਹ ਸਰੀਰ ਹੈ ਬੋਲੋ ਹਰਿਮੰਦਰ ਇਹ ਸਰੀਰ ਹੈ ਤੁਹਾਡੇ ਲਈ ਸ਼ਾਇਦ ਅੱਜ ਨਵੀਂ ਗੱਲ ਬੋਲੋ ਵਾਹਿਗੁਰੂ ਸ਼ਾਇਦ ਪਹਿਲਾਂ ਨਾ ਸੁਣੀ ਹੋਵੇ ਭੁੱਖ ਸਕਦਾ ਕਿਸੇ ਨੇ ਸੁਣੀ ਨਹੀਂ ਹੋਵੇ ਬੋਲੋ ਵਾਹਿਗੁਰੂ ਇਹ ਗੁਰਦੁਆਰਾ ਦੇ ਇਸ ਗੁਰਦੁਆਰੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣੇ ਨੇ ਇਸ ਗੁਰੂ ਨਾਨਕ ਦੇ ਇਸ ਗੁਰਦੁਆਰੇ 'ਚ ਗੁਰੂ ਨਾਨਕ ਦੀ ਪੂਜਾ ਹੋਣੀ ਹੈ ਪੂਜਾ ਕਿਚੈ ਕੀ ਨਾਮ ਧਿਆਈ ਹੈ ਬਿਨ ਨਾਮ ਹੈ ਪੂਜਣਾ ਹੋਵੇ ਗੁਰੂ ਨਾਨਕ ਸਾਹਿਬ ਦੀ ਪੂਜਾ ਕੀ ਹੈ ਨਾਮ ਜਪਣਾ ਵਾਹਿਗੁਰੂ 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 ਵਾਹਿਗੁਰੂ